ਆ ਵੀਡੀਓ ਨੂੰ ਜਵਾਕਾਂ ਨੂੰ ਦਿਖਾਉਣ ਦੀ بجائے ਨਾ ਆਪ ਜਰੂਰ ਸੁਣਿਓ ਆ ਨਾ ਜਵਾਕ ਆ ਯੂਪੀ ਦੇ ਵਿੱਚ ਹਰਪੇਜ ਨੇ ਇਹਦੀ ਵੀਡੀਓ ਬਣਾਈ ਸੀ ਇਹ ਤਾਂ ਆ ਟਰੈਕਟਰਾਂ ਨੂੰ ਉਰੇ ਪਰੇ ਤੋਂ ਸਮਾਨ ਚੱਕ ਕੇ ਮੋਡੀਫਾਈ ਕਰ ਲੈਂਦਾ ਨਿੱਕੇ ਨਿੱਕੇ ਟਰੈਕਟਰਾਂ ਨੂੰ ਆ ਦੇਖੋ ਇਹਦੀ ਪੀਟੀਓ ਵੀ ਘੁੰਮ ਰਹੀ ਆ ਮਤਲਬ ਇੰਨੀ ਬਰੀਕੀ ਦੇ ਨਾਲ ਨਾ ਜਵਾਕ ਕੰਮ ਕਰਦਾ ਪਰ ਮੈਂ ਨਾ ਅੱਜ ਅਲੱਗ ਵਿਸ਼ੇ ਤੇ ਗੱਲ ਕਰਨੀ ਆ ਟਰੈਕਟਰਾਂ ਦੇ ਵਿਸ਼ੇ ਤੇ ਗੱਲ ਨਹੀਂ ਕਰਨੀ ਤੁਹਾਡੇ ਹਿਸਾਬ ਨਾਲ ਵੀ ਇਹ ਜਵਾਕ ਦਿਮਾਗੀ ਆ ਇਹ ਜਵਾਕ ਨੇ ਕੀਤਾ ਮੈਂ ਨਹੀਂ ਕਹਿੰਦਾ ਉਹਦੇ ਪਿੱਛੇ ਵੀ ਕਾਰਨ ਜੇ ਜਵਾਕ ਨੇ ਕੀਤਾ ਹੁੰਦਾ ਨਾ ਫਿਰ ਤੁਹਾਡਾ ਜਵਾਕ ਵੀ ਕਰ ਸਕਦਾ ਸੀ ਫਿਰ ਇਸੇ ਜਵਾਕ ਨੇ ਕਿਉਂ ਕੀਤਾ ਬਈ ਤੁਹਾਡਾ ਜਵਾਕਾ ਤੋਂ ਨਹੀਂ ਕਰਦਾ ਇਹੋ ਜੇ ਕੰਮ ਚੱਕਰ ਪਤਾ ਕੀ ਆ ਇਹ ਜਵਾਕ ਨੇ ਨਹੀਂ ਕੀਤਾ ਇਹ ਮਾਂ ਪਿਓ ਨੇ ਸਮਝ ਲੋ ਕਰਵਾਇਆ ਅਸੀਂ ਜਵਾਕ ਨੂੰ ਨਿਆਣੇ ਨੂੰ ਕੋਈ ਖੇਡ ਲੈ ਕੇ ਦੇ ਦਿੰਨੇ ਹਾਂ ਨਾ ਤੇ ਜਿਉ ਮਾੜਾ ਜਿਹਾ ਵੀ ਉਹਨੂੰ ਤੋੜ ਜੇ ਪੰਨੇ ਜਾਂ ਖੋਲਣ ਦੀ ਕੋਸ਼ਿਸ਼ ਕਰੇ ਉਹ ਲਫੇੜਾ ਮਾਰ ਦਿਆ ਮੂੰਹ ਤੇ ਹਾਏ 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 ਖੋਲਤੀ ਹਾਏ 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 ਐ ਕਰਤਾ ਹਾਏ ਤੈਨੂੰ ਹੁਣੇ ਲੈ ਕੇ ਦਿੱਤੀ ਸੀ ਹਾਏ ਤੂੰ ਉਹ ਕਰਤਾ ਐ ਕਰਨ ਲੱਗ ਜਾਨੇ ਆ ਜਿੱਦੇ ਜਵਾਕ ਨੇ ਪਹਿਲੀ ਖੇਡ ਤੋੜੀ ਪੰਨੇ ਖੇ ਖੋਲੀ ਹੋਊ ਨਾ ਜੇ ਉਹਦੇ ਮਾਂ ਪਿਓ ਇਹਦੇ ਮੂੰਹ ਤੇ ਲਫੇੜਾ ਮਾਰਦਾ ਤਾਂ ਕੀ ਇਹ ਜਵਾਕ ਆ ਕੁਛ ਕਰ ਪਾਉਂਦਾ ਨਹੀਂ ਫਿਰ ਇਹਨੇ ਡਰਦੇ ਨੇ ਨੇੜੇ ਨਹੀਂ ਹੋਣਾ ਸੀ ਐਕਸਪੈਰੀਮੈਂਟ ਹੀ ਨਹੀਂ ਸੀ ਕਰਨੇ ਜਵਾਕ ਨੇ ਐਕਸਪੈਰੀਮੈਂਟ ਕੀਤੇ ਮਾਂ ਪਿਓ ਨੇ ਕਰਨ ਦਿੱਤੇ ਤਾਂ ਫੇਰ ਕਿਤੇ ਜਾ ਕੇ ਜਵਾਕ ਬਣਿਆ ਆਹਾ ਕੁਛ ਕਰਨ ਜੋਗਾ ਮੇਰੀ ਇੱਕ ਗੱਲ ਯਾਦ ਰੱਖਿਓ ਵਕਤ ਤੇ ਮਾਹੌਲ ਬੰਦੇ ਦਾ ਗੁਰੂ ਹੁੰਦਾ ਉਹਨੂੰ ਜਵਾਕ ਨੂੰ ਜਿਹੋ ਜਿਹਾ ਵਕਤ ਤੇ ਮਾਹੌਲ ਮਿਲਦਾ ਨਾ ਬੱਚਾ ਉਹੋ ਜਿਹਾ ਤਿਆਰ ਹੋ ਜਾਂਦਾ ਇਹ ਬਦਮਾਸ਼ਾਂ ਤੇ ਵੀ ਇਹੀ ਲਾਗੂ ਹੁੰਦਾ ਇਹ ਨਿਸ਼ੇੜੀਆਂ ਤੇ ਵੀ ਇਹੀ ਲਾਗੂ ਹੁੰਦਾ ਇਹ ਵਿਗਿਆਨੀਆਂ ਤੇ ਵੀ ਇਹੀ ਲੱਗ ਹੁੰਦਾ ਇਹ ਤੁਹਾਨੂੰ ਮੈਂ ਗੱਲ ਦੱਸਦਾ ਕਿ ਜਿਹੜੇ ਵੀ ਬੰਦੇ ਨੇ ਆਪਦੇ ਜਵਾਕ ਨੂੰ ਜਿਮੇਵਾਰ ਬਣਾਉਣਾ ਹੁੰਦਾ ਉਹ ਪਹਿਲਾਂ ਜਿਮੇਵਾਰ ਬਣ ਕੇ ਦਿਖਾਉਣਾ ਪੈਂਦਾ ਆ ਦੇਖੋ ਜਵਾਕ ਨੇ ਰੂਟਾਵੇਟਰ ਬਣਾਏ ਕੱਲਾ ਬਣਾਇਆ ਨਹੀਂ ਓਵੇਂ ਰੰਬੀਆਂ ਲਾਈਆਂ ਓਵੇਂ ਫੱਟੀ ਲਾਈ ਓਵੇਂ ਉਹਨੂੰ ਚੱਲਦਾ ਕੀਤਾ ਭੋਰਾ ਪੂਰਾ ਟਰੈਕਟਰ ਆ ਉਹਨਾਂ ਦੀਆਂ ਪੀਟੀਓ ਸ਼ਾਫਟਾਂ ਵੀ ਘੁੰਮਦੀਆਂ ਤੁਸੀਂ ਵੇਖ ਲਓ ਆਪ ਹਸਾਬ ਲਾ ਲਓ ਜਵਾਕ ਦੀ ਕ੍ਰੀਏਟੀਵਿਟੀ ਤੇ ਮੈਂ ਨਹੀਂ ਕਹਿੰਦਾ ਕਿ ਇਹ ਕ੍ਰੀਏਟੀਵਿਟੀ ਪਿੱਛੇ ਇਕੱਲੇ ਜਵਾਕ ਦੇ ਦਿਮਾਗ ਦਾ ਹੀ ਕਮਾਲ ਆ ਮੈਂ ਇਹ ਗੱਲ ਦਾਅਵੇ ਨਾ ਕਹਿ ਸਕਦਾ ਕਿ ਉਸ ਬੱਚੇ ਨੂੰ ਮਾਹੌਲ ਮਿਲਿਆ ਘੱਟੋ ਘੱਟ ਮਾਂ ਪਿਓ ਜੇ ਉਹਨੂੰ ਕੁਝ ਸਿਖਾ ਨਹੀਂ ਨਾ ਸਕਿਆ ਹੋਊਗਾ ਤੇ ਉਹਦੇ ਦਾਲੇ ਮਾਹੌਲ ਘੱਟੋ ਘੱਟ ਉਹ ਜਾ ਕ੍ਰੀਏਟ ਕੀਤਾ ਹੋਊਗਾ ਉਹਨਾਂ ਨੇ ਕਿ ਪੁੱਤ ਖੁੱਲ ਕੇ ਕੰਮ ਕਰ ਅਸੀਂ ਤੈਨੂੰ ਰੋਕਦੇ ਨਹੀਂ ਤੇ ਅਸੀਂ ਜਵਾਕ ਨੂੰ ਜੇ ਸਾਡਾ ਜਵਾਕ ਮਾੜਾ ਜਾ ਵੀ ਕੋਈ ਐਕਸਪੈਰੀਮੈਂਟ ਨੋ 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 ਤੇਰੇ ਸੱਟ ਬਾਜੂ ਨੋ 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 ਤੇਰੇ ਐ ਹੋ ਜੂ ਨੋ 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 ਆ ਤਾਂ ਤੂੰ ਨੁਕਸਾਨ ਕਰ ਦੇਗਾ ਆਹ ਦੇਖ ਤੈਨੂੰ ਹੁਣੇ ਇੰਨੇ ਦਾ ਲੈ ਕੇ ਦਿੱਤਾ ਸੀ ਆਹ ਚੀਜ਼ ਤੁਹਾਨੂੰ ਕੀ ਪਤਾ ਯਾਰ ਉਹਦੇ ਦਿਮਾਗ ਚ ਕੀ ਕ੍ਰੀਏਟੀਵਿਟੀ ਚੱਲ ਰਹੀ ਆ ਇੱਕ ਵਾਰੀ ਤਾਂ ਅਸੀਂ ਆਪਦੇ ਜਵਾਕ ਨੂੰ ਪੜ੍ਹਾਉਂਦੇ ਆ ਲਿਖਾਉਂਦੇ ਆ ਸਿੱਖਿਆ ਦਿੰਦੇ ਆ ਕਿ ਉਹ ਜੋ ਸਾਨੂੰ ਮੁਸੀਬਤਾਂ ਆਈਆਂ ਉਹਨੂੰ ਨਾ ਆਉਣ ਇੱਕ ਵਾਰੀ ਤਾਂ ਅਸੀਂ ਇਹ ਸੋਚਦੇ ਹਾਂ ਤੇ ਦੂਜੀ ਵਾਰ ਨਾਲ ਦੀ ਨਾਲ ਹੀ ਅਸੀਂ ਜਿਵੇਂ ਜਵਾਕ ਸਿਆਣਾ ਹੋ ਜੇ ਨਾ ਇਹ ਸੋਚਦੇ ਹਾਂ ਤੂੰ ਪਿਓ ਦਾ ਪਿਓ ਬਣਦਾ ਤੂੰ ਸਾਡੇ ਨਾਲ ਕਿਤੇ ਸਿਆਣਾ ਹੋ ਗਿਆ ਇਹ ਸਾਡੇ ਦਿਮਾਗ ਦੀ ਸੋਚ ਆ ਜਵਾਕ ਜਰ ਪੰਛੀ ਵਰਗਾ ਹੁੰਦਾ ਹਾਂ ਇਹ ਗੱਲ ਦਾ ਡਰ ਜ਼ਰੂਰ ਰੱਖੋ ਕਿ ਉਹ ਗਲਤ ਪਾਸੇ ਨੂੰ ੜਾਰੀ ਨਾ ਮਾਰ ਜੇ ਪਰ ਜਰ ਜਿੰਨਾ ਚਿਰ ਉਹ ਤੁਹਾਡੇ ਖੁੱਡੇ ਦੇ ਵਿੱਚ ੜਾਰੀ ਮਾਰਨੀ ਚਾਹੁੰਦਾ ਨਾ ਜਿੰਨਾ ਚਿਰ ਉਹ ਸਾਡੇ ਖੁੱਡੇ ਦੇ ਵਿੱਚ ਖੰਭ ਖੋਲਣੇ ਚਾਹੁੰਦਾ ਉਨਾ ਚਿਰ ਤਾ ਉਹਨੂੰ ਖੋਲ ਲੈਣ ਦਿਆ ਕਰੋ ਇਹ ਥੋੜੋ ਹੁੰਦਾ ਕਿ ਜਵਾਗ ਖੰਭ ਚੱਕਦਾ ਤੇ ਅਸੀਂ ਉਹਦੇ ਮੂੰਹ ਤੇ ਲਫੜ ਮਾਰ ਗਏ ਇੰਨਾ ਨਹੀਂ ਕਰਨਾ ਚਾਹੀਦਾ ਆ ਮੈਂ ਫਿਰ ਕਹਿੰਨਾ ਮੋਢੇ ਚ ਜਿਹੜੀ ਗੱਲ ਆਖੀ ਸੀ ਕਿ ਇਹ ਬੱਚੇ ਨੇ ਤਿਆਰ ਨਹੀਂ ਕੀਤੇ ਇਹਦੇ ਪਿੱਛੇ ਇਹਦੇ ਮਾਂ ਪਿਓ ਦਾ ਹੱਥ ਆ ਬਹੁਤ ਸਚਿਆਰਾ ਤੇ ਸਚੱਜਾ ਜਿਨੇ ਉਹਨੂੰ ਮਾਹੌਲ ਦਿੱਤਾ ਜਿਨੇ ਉਹਨੂੰ ਰੋਕਿਆ ਨਹੀਂ ਆ ਬੇਖੋ ਇਹਨੇ ਕਿਸ ਤਰ੍ਹਾਂ ਦੇ ਸਾਧਨ ਤਿਆਰ ਕੀਤੇ ਆ ਬੱਚੇ ਨੇ ਕਿੱਡਾ ਚੰਗਾ ਟਰੈਕਟਰ ਤਿਆਰ ਕੀਤਾ ਕਿੰਡੇ ਚੰਗੇ ਹਾਲ ਤਿਆਰ ਕੀਤੇ ਆ ਜੇ ਇਹ ਬੱਚੇ ਬਾਰੇ ਤੁਸੀਂ ਜਾਣਕਾਰੀ ਲੈਣੀ ਚਾਹੁੰਦੇ ਆ ਨਾ ਕਿਸੇ ਵੀ ਤਰ੍ਹਾਂ ਦੀ ਤਾਂ ਮੈਂ ਤੁਹਾਨੂੰ ਜਾਣਕਾਰੀ ਹੈ ਜਿਹੜੀ ਹਰਪ੍ਰੀਤ ਸਿੱਧੂ ਦੇ ਪੇਜ ਤੇ ਇਹ ਵੀਡੀਓ ਪਈ ਆ ਕਿ ਬੱਚਾ ਪਰ ਮੈਂ 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 ਹੋਰ ਵਿਸ਼ੇ ਤੇ ਅਲੱਗ ਵਿਸ਼ੇ ਤੇ ਗੱਲ ਕਰਨੀ ਚਾਹੁੰਨਾ ਤੁਹਾਡੇ ਨਾਲ ਸਾਡੇ ਜੋ ਆਕਾ ਨੂੰ ਵੀ ਇਸੇ ਤਰ੍ਹਾਂ ਦਾ ਮਾਹੌਲ ਮਿਲਦਾ ਕ੍ਰੀਏਟਿਵ ਨਹੀਂ ਬੇ ਮਤਲਬ ਜੇ ਵੀ ਕੋਈ ਐਕਸਪੈਰੀਮੈਂਟ ਜਮਾ ਕਰਨਾ ਚਾਹੁੰਦਾ ਜਾਂ ਜੇ ਉਹਨੇ ਸਾਈਕਲ ਦਾ ਨਟ ਵੀ ਖੋਲ ਲਿਆ ਜਾਂ ਉਹਨੇ ਕੋਈ ਕਾਠੀ ਖੋਲ ਲਈ ਹਿਲਦੀ ਆ ਤਾਂ ਉਹਦੇ ਦੋ ਲਫੇੜੇ ਵੱਜ ਜਾਣੇ ਆ ਤਾਂ ਫਿਰ ਉਹ ਕਿਵੇਂ ਕਿਵੇਂ ਸਿੱਖਣ ਦੀ ਕੋਸ਼ਿਸ਼ ਕਰੂਗਾ ਯਾਰ ਕੱਲ ਨੂੰ ਉਹ ਕਿਹੜੇ ਹੌਸਲੇ ਦੇ ਨਾਲ ਕਿਸੇ ਚੀਜ਼ ਨੂੰ ਹੱਥ ਪਾਊਗਾ ਤੇ ਉਹੀ ਕਾਰਨ ਤੁਸੀਂ ਹੋਰ ਵੇਖ ਲਓ ਜਿਹੜੇ ਅਸੀਂ ਮਿਸਤਰੀ ਜਾਂ ਕੋਈ ਮਕੈਨਿਕ ਬਣਾਉਨੇ ਆ ਜਵਾਕਾਂ ਨੂੰ ਉਹ ਪਤਾ ਕਿਨੂੰ ਬਣਾਉਨੇ ਆ ਜਿਹੜਾ ਜਵਾਕ ਪੜ੍ਹਾਈ ਦੇ ਵਿੱਚ ਬਿਲਕੁਲ ਨਹੀਂ ਪੜਦਾ ਜਿਹੜੇ ਜਵਾਕ ਨੂੰ ਪੜ੍ਹਾਈ ਨਹੀਂ ਆਉਂਦੀ ਅਸੀਂ ਸੋਚਦੇ ਆ ਯਾਰੇ ਨੂੰ ਮੈਸਤਰੀ ਦੇ ਲਾ ਦਿਓ ਉਹ ਮੈਸਤਰੀ ਦੇ ਲੱਗਦਾ ਕੰਮ ਸਿੱਖਦਾ ਹੱਥ ਬਣਾਉਂਦਾ ਤੇ ਉਹ ਪਹਿਲਾਂ ਹੀ ਜਵਾਕ ਵੀ ਆਪਾਂ ਇਹ ਕਹਿ ਸਕਦੇ ਆ ਕਿ ਪੜ੍ਹਾਈ ਵਾਲੇ ਪਾਸੇ ਨਹੀਂ ਚੱਲਿਆ ਫਿਰ ਉਹਨੂੰ ਅਸੀਂ ਮੈਸਤਰੀ ਵਾਲੇ ਪਾਸੇ ਲਾ ਦਿੰਨੇ ਆ ਤੇ ਯਾਰ ਜੇ ਘੱਟੋ ਘੱਟ ਕਿਸੇ ਪੜਨ ਲਿਖਣ ਵਾਲੇ ਜਵਾਕ ਨੂੰ ਜਿਹੜਾ ਜਵਾਕ ਤੁਹਾਡਾ ਪੜ੍ਹਾਈ ਚ ਹਿਆਰ ਆ ਇਹਦਾ ਮਤਲਬ ਉਹਦੇ ਦਿਮਾਗ ਆ ਜਿਹੜਾ ਪੂਰਾ ਗੱਲ ਨੂੰ ਵੱਧ ਪਕੜਦਾ ਹੀ ਆਮ ਜਵਾਕਾਂ ਨਾਲ ਤੇ ਜੇ ਉਸ ਜਵਾਕ ਨੂੰ ਅਸੀਂ ਇਸ ਤਰ੍ਹਾਂ ਦੀ ਗੱਲ ਕਰਨ ਦੀ ਖੁੱਲ ਦੇਵਾਂਗੇ ਕਿ ਭਾਈ ਤੂੰ ਮਾੜੀ ਮੋਟੀ ਮਕੈਨ ਕੀ ਕਰਿਆ ਕਰ ਮਾੜੀ ਮੋਟੀ ਕ੍ਰੀਏਟੀਵਿਟੀ ਦਿਖਾਇਆ ਕਰ ਤੇ ਕਿਵੇਂ ਹੋ ਸਕਦਾ ਕਿ ਉਹ ਜਵਾਕ ਕੋਈ ਇਹੋ ਜਿਹਾ ਨਾ ਕੰਮ ਕਰੇ ਆਹ ਦੇਖੋ ਹੁਣ ਆਹ ਜਵਾਕ ਨੇ ਦੀ ਵੀਡੀਓ ਪਾਈ ਹਰਪੇਜ ਨੇ ਇਹ ਜਵਾਕ ਨੇ ਪੂਰੇ ਵਰਲਡ ਦੇ ਵਿੱਚ ਨਾਂ ਕੀਤਾ ਆਪਦਾ ਕਿ ਹਾਂ ਯਾਰ ਕੋਈ ਦੁਨੀਆ ਤੇ ਜਵਾਕ ਹੈਗਾ ਜੀਨੇ ਆਪਦੇ ਦਿਮਾਗ ਦੇ ਨਾਲ ਏਡੇ ਏਡੇ ਸੰਧ ਬਣਾਤੇ ਤੇ ਕੱਲ ਨੂੰ ਤੁਹਾਡਾ ਜਵਾਕ ਵੀ ਕਰ ਸਕਦਾ ਪਰ ਜਵਾਕ ਨੂੰ ਮਾਹੌਲ ਬੰਦੇ ਨੇ ਦੇਣਾ ਹੁੰਦਾ ਇਹ ਗੱਲ ਮੇਰੀ ਯਾਦ ਰੱਖਿਓ ਜਵਾਕਾਂ ਨੂੰ ਮਾਹੌਲ ਜਿਹੋ ਜਿਹਾ ਜਦੋਂ ਅਸੀਂ ਸ਼ਰਾਬ ਪੀਣੀ ਆ ਬਹਿ ਕੇ ਤੇ ਜਵਾਕ ਨੂੰ ਭਾਵੇਂ ਤੁਸੀਂ ਜਿੰਨਾ ਮਰਜੀ ਕਹੀ ਜੋ ਵੀ ਬੱਚਾ ਸ਼ਰਾਬ ਮਾੜੀ ਆ ਬੱਚਾ ਸ਼ਰਾਬ ਮਾੜੀ ਆ ਜੋ ਤੁਸੀਂ ਕੋਲੇ ਸਾਹਮਣੇ ਬਹਿ ਕੇ ਪੀਨੇ ਤਾਂ ਕੁਦਰਤੀ ਗੱਲ ਆ ਵੀ ਜਵਾਕ ਪੀਊਗਾ ਹੀ ਉਹਨੂੰ ਪਤਾ ਹੈ ਉਹਦੇ ਲਈ ਜਿਹੜਾ ਸੁਪਰ ਹੀਰੋ ਹੁੰਦਾ ਉਹਦਾ ਪਿਓ ਹੀ ਹੁੰਦਾ ਮਾਪਿਆਂ ਲਈ ਬੱਚਿਆਂ ਲਈ ਤੇ ਜਦੋਂ ਉਹ ਸੁਪਰ ਹੀਰੋ ਦੇ ਸਾਹਮਣੇ ਉਹ ਜਿਆ ਕੰਮ ਕਰਦਾ ਤਾਂ ਕੁਦਰਤੀ ਨੇਚਰਲ ਗੱਲ ਆ ਕਿ ਉਹ ਜਵਾਕ ਵੀ ਉਸ ਤਰ੍ਹਾਂ ਦਾ ਕੰਮ ਕਰਨਾ ਹੀ ਪਸੰਦ ਕਰੂਗਾ ਉਹਨੂੰ ਚੰਗਾ ਲੱਗੂਗਾ ਉਹ ਐ ਲੱਗੂ ਵੀ ਜੇ ਬਾਪੂ ਦੀ ਦੁਨੀਆ 'ਚ ਆਹ ਕੰਮ ਕਰਕੇ ਜਿੱਤਾ ਤਾਂ ਫਿਰ ਮੇਰੀ ਵੀ ਇਸੇ ਇਹੀ ਕੰਮ ਕਰਕੇ ਹੋਊਗੀ ਤੇ ਤੁਸੀਂ ਆਪ ਹੀ ਮਤਲਬ ਇਸ ਗੱਲ ਦਾ ਵੀ ਅਸੀਂ ਮਾਹੌਲ ਯਾਰ ਜਵਾਕ ਨੂੰ ਕਿ ਹੋ ਜਾ ਦਿੰਨੇ ਆ ਮੈਂ ਫੇਰ ਮੋੜ ਵਾਲੀ ਗੱਲ ਤੇ ਦੁਬਾਰਾ ਫੇਰ ਆ ਜਾਨਾ ਹੁਣ ਤੁਸੀਂ ਅੱਜ ਕਹੋਗੇ ਕਿ ਲੋਪੋ ਵਾਲਾ ਯਾਰ ਭਾਸ਼ਣ ਦੇ ਹੀ ਜਾਂਦਾ ਪਰ ਇੱਕ ਉਸ ਗੱਲਾਂ ਹੈਗੀਆਂ ਕਿ ਜਿਹੜੀਆਂ ਆਪਾਂ ਮਨ 'ਚ ਰੱਖ ਕੇ ਅੱਗੇ ਆਪਾਂ ਘੋੜਿਆਂ ਬਾਰੇ ਗੱਲਾਂ ਕਰੀ ਜਾਂਦੇ ਹੁੰਨੇ ਆ ਜਾਂ ਆਪਾਂ ਹੋਰ ਪੱਟ ਜਾਨਵਰਾਂ ਬਾਰੇ ਗੱਲ ਕਰਦੇ ਆ ਪਰ ਮੈਂ ਚਾਹੁੰਦਾ ਸੀ ਕਿ ਤੇ ਨਾ ਕਿਤੇ ਆਪਾਂ ਖਰੇਲੂ ਜ਼ਿੰਦਗੀ ਬਾਰੇ ਵੀ ਵਿਚਾਰ ਕਰੀਏ ਆ ਹੋ ਸਕਦਾ ਕਿ ਮੇਰੇ ਨਾਲੋਂ ਬੈਟਰ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਹੋਣ ਜਿਹੜੀਆਂ ਤੁਹਾਡੇ ਦਿਮਾਗ ਦੇ ਵਿੱਚ ਹੋਣ ਕਿ ਐਵੇਂ ਹੋ ਸਕਦਾ ਵਿਚਾਰਾਂ ਦੇ ਲੈਣ ਦੇ ਨਾਲ ਹੀ ਬਹੁਤ ਕੁਝ ਫਰਕ ਪੈ ਜਾਂਦਾ ਤੇ ਤੁਸੀਂ ਵੀ ਜ਼ਰੂਰ ਦੱਸਿਓ ਤੁਸੀਂ ਆਪ ਦਾ ਵਿਚਾਰ ਆ ਜਿਹੜਾ ਕਮੈਂਟ ਬਾਕਸ ਦੇ ਵਿੱਚ ਦਾਨ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੁਣ ਮੈਂ ਕਹਿਣਾ ਇੰਨੀਆਂ ਗੱਲਾਂ ਸੁਣਨ ਤੋਂ ਬਾਅਦ ਆਹ ਵੀਡੀਓ ਆਪਦੇ ਜਵਾਕਾਂ ਨੂੰ ਦਿਖਾਓ ਜ਼ਰੂਰ ਇਹ ਯੂਪੀ ਦੇ ਵਿੱਚ ਆ ਆਪਣੇ ਪੰਜਾਬੀ ਸਰਦਾਰਾਂ ਦਾ ਮੁੰਡਾ ਜੀਨੇ ਇਹ ਵੀਡੀਓ ਬਣਾਈ ਆ ਜੇ ਉਹ ਮੁੰਡਿਆ ਵੇਖਣਾ ਕਿ ਕੌਣ ਆ ਮੁੰਡਾ ਉਹ ਕੀ ਕੰਮ ਕਰਦਾ ਕਿੱਡੀ ਉਮਰ ਦਾ ਤਾਂ ਤੁਸੀਂ ਹਰਪ੍ਰੀਤ ਸਿੱਧੂ ਦੇ ਪੇਜ ਤੇ ਜਾ ਕੇ ਵੇਖ ਲਿਓ ਐਸਐਲ ਦੇ ਵਿੱਚ ਵੀਡੀਓ ਹਰ ਭੇਜ ਸਿੱਤੂ ਹੀ ਬਣਾ ਕੇ ਲਿਆਇਆ ਸੀ ਮੇਰੇ ਫੋਨ ਦੇ ਵਿੱਚ ਤਾਂ ਉਦਾਂ ਹੀ ਵੀਡੀਓ ਪਈਆਂ ਸੀ ਮੈਂ ਕਹ ਯਾਰ ਇਕੱਠੀ-ਕੁੱਠੀ ਕਰਕੇ ਕਿਸੇ ਦਿਨ ਆਪ ਦੀ ਪੜਾਅਸ ਕੱਢਾਂਗੇ ਕਿ ਯਾਰ ਆਪਣੇ ਜਵਾਂਕ ਇਹੋ ਜਿਹਾ ਕੰਮ ਕਿਉਂ ਨਹੀਂ ਕਰ ਸਕਦੇ ਕਿਸੇ ਦੇ ਜਵਾਂਕ ਨੇ ਕੀਤਾ ਇਹੋ ਜਿਹਾ ਕੰਮ ਤਾਂ ਕਿਵੇਂ ਕੀਤਾ ਤੁਸੀਂ ਵੇਖੋ ਵੀ ਇਹ ਜਵਾਂਕ ਨੇ ਆਲੇ-ਦਾਲੇ ਤੋਂ ਪਲਾਸਟਿਕ ਰੱਦੀ ਜਾਂ ਹੋਰ ਚੀਜ਼ਾਂ ਚੱਕ ਕੇ ਆਪ ਟਰੈਕਟਰ ਤਿਆਰ ਕਰਤੇ ਆ ਟਰੈਕਟਰ ਨੂੰ ਦੇਖ ਕੇ ਕਿਹੜਾ ਬੰਦਾ ਕਹਿ ਸਕਦਾ ਕਿ ਕਿਹੜੀ ਇਸ ਡੰਮੀ ਦੇ ਵਿੱਚ ਕਮੀ ਆ ਜਿਹੜੀ ਅਰਜਨ 4x4 ਨਾ ਘਟਾ ਇੱਥੋਂ ਤੱਕ ਆ ਵੀ ਮੂਰਲੇ ਟਾਇਰਾਂ ਦੇ ਉੱਤੇ ਮੜਗਾੜ ਵੀ ਉਸੇ ਤਰ੍ਹਾਂ ਲਾਏ ਡੈਕ ਵੀ ਹੱਡ ਵਾਲੀ ਛਤਰੀ ਵੀ ਸਟੀering ਵੀ ਇੱਥੋਂ ਤੱਕ ਵੀ ਜਿਹੜਾ ਰੇਸ ਵਾਲਾ ਹੈਂਡਲ ਹੁੰਦਾ ਆਪਣਾ ਰੇਸ ਹੁੰਦੀ ਹੈ ਜਿਹੜੀ ਉਹ ਵੀ ਲਾਈ ਗੇਅਰ ਵੀ ਲਾਇਆ ਸ਼ੀਟ ਵੀ ਲਾਈ ਕਲੱਚ ਬਲੇ ਬ੍ਰੇਕ ਵੀ ਲਾਏ ਗਏ ਇੱਥੋਂ ਤੱਕ ਯਾਰ ਵੀ ਉਹ ਬੰਦੇ ਨੇ ਸਲੈਂਸਰ ਤਾਂ ਲਾਇਆ 에ਅਰ ਕਲੈਂਡਰ ਵੀ ਲਾਇਆ ਹੋਰ ਤਾਂ ਹੋਰ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜਾ ਡੰਡਾ ਵੀ ਆਇ ਨਹੀਂ ਯਾਬਤਾ ਜਾਂ ਪੂਰਾ ਕਰਤਾ ਡੰਡਾ ਵਿਚਾਲੋਂ ਉਸੇ ਤਰ੍ਹਾਂ ਕਸੀਦਾ ਜਿਵੇਂ ਆਪਣੇ ਟਰੈਕਟਰ ਦਾ ਡੰਡਾ ਉਧਰੋਂ ਵੀ ਕਸੀਦਾ ਹੁੰਦਾ ਉਧਰੋਂ ਵੀ ਕਸੀਦਾ ਹੁੰਦਾ ਬਾਕੀ ਆ ਸਿਰੇ ਤੇ ਤੁਹਾਨੂੰ ਟੋਚਨ ਮੁਕਾਬਲਾ ਦਿਖਾ ਦਿੰਦੇ ਆ ਜੋ ਅੱਖਾਂ ਦਾ ਜਵਾਕਾਂ ਨੇ ਟਰੈਕਟਰਾਂ ਦਾ ਟੋਚਨ ਮੁਕਾਬਲਾ ਕਰਾਇਆ ਆ ਵਧੀਆ ਚੀਜ਼ ਵੀ ਆਪਾਂ ਕਹਗੇ ਵੀ ਆਪਣੇ ਜਵਾਕ ਜੋਰ ਦਿਖਾਉਣਗੇ ਵੀ ਅਸੀਂ ਭਾਈ ਕਿੰਨੀ ਕਿ ਸਿੱਖਿਆ ਦਿੱਤੀ ਐ ਜਵਾਕਾਂ ਨੂੰ ਕਰਕੇ ਆ ਗੋਰੇ ਬਹੁਤ ਇਹ ਕੰਮ ਕਰਦੇ ਆ ਗੋਰੇ ਚੀਜ਼ਾਂ ਕ੍ਰੀਏਟ ਕਰਕੇ ਲਿਆਉਂਦੇ ਆ ਉਸ ਤੋਂ ਬਾਅਦ ਉਹਨਾਂ ਦਾ ਮੁਕਾਬਲਾ ਰੱਖਦੇ ਆ ਇੱਕ ਥਾਂ ਤੇ ਕਿ ਭਾਈ ਕੀਦੇ ਨਿਆਣੇ ਨੇ ਵਧੀਆ ਚੀਜ਼ ਬਣਾਈ ਆ ਉਹ ਨਾਲ ਵੀ ਮਦਦ ਕਰਦੇ ਆ ਨਿਆਣਿਆਂ ਦੇ ਤੇ ਫੇਰ ਉਸ ਤੋਂ ਬਾਅਦ ਉਹਨਾਂ ਦਾ ਮੁਕਾਬਲਾ ਕਰਦੇ ਆ ਜਿਹੜਾ ਜਿੱਤ ਜਾਂਦਾ ਤੇ ਉਹਨੂੰ ਨਾਮ ਦਿੱਤਾ ਜਾਂਦਾ ਵੀ ਹਾਂ ਵੀ ਫਲਾਨੇ ਦੀ ਚੀਜ਼ ਹੈ ਜਿਹੜੀ ਉਹ ਜ਼ਿਆਦਾ ਪਰਫੈਕਟ ਆ ਫਿਰ ਅਗਲੇ ਸਾਲ ਵਾਸਤੇ ਮੁਕਾਬਲੇ ਦੀ ਤਰੀਕ ਰੱਖ ਲੈਂਦੇ ਆ ਲੈ ਵੀ ਅਗਲੇ ਸਾਲ ਆਪਾਂ ਇਸ ਤਰੀਕ ਨੂੰ ਇਕੱਠੇ ਹੋਵਾਂਗੇ ਆਪਾਂ ਕੋਈ ਚੀਜ਼ ਕ੍ਰੀਏਟ ਕਰਕੇ ਲਿਆਵਾਂਗੇ ਉਹਨਾਂ ਦਾ ਮੁਕਾਬਲਾ ਫੇਰ ਰੱਖਾਂਗੇ ਕਿ ਕਿਹੜੀ ਚੀਜ਼ ਕਿੰਨੀ ਪਰਫੈਕਟ ਆ ਵੀ ਮੈਂ ਤਾਂ ਕਹਿੰਦਾ ਵੀ ਆਪਾਂ ਆ ਚੀਜ਼ ਦਾ ਵੀ ਆਪਾਂ ਆਪਣੀ ਕ੍ਰੀਏਟੀਵਿਟੀ ਦਾ ਮੁਕਾਬਲਾ ਰੱਖਿਆ ਕਰਗੇ ਆਪਾਂ ਆਪਦੇ ਜੋਰਾਂ ਦਾ ਮੁਕਾਬਲਾ ਰੱਖਦੇ ਆ ਜਿੱਥੇ ਆਪਾਂ ਆਪਦੇ ਬੀ ਆਪਾਂ ਫੋਕੀ ਵੜਕ ਦਿਖਾਉਣ ਦਾ ਮੁਕਾਬਲਾ ਰੱਖਦੇ ਆ ਉੱਥੇ ਆਪਾਂ ਕਿਤੇ ਨਾ ਕਿਤੇ ਵੀ ਜੀ ਆਹ ਮੁਕਾਬਲਾ ਰੱਖ ਲਿਆ ਕਰਗੇ ਆਪਣੀ ਕ੍ਰੀਏਟੀਵਿਟੀ ਦਾ ਮੇਰੇ ਹਿਸਾਬ ਨਾਲ ਆਪਾਂ ਜ਼ਿਆਦਾ ਕਾਮਯਾਬ ਹੋਵਾਂਗੇ ਆ ਵੇਖਿਓ ਨਿਆਣੇ ਜਵਾਕ ਨੇ ਟਰੈਕਟਰ ਬਣਾਏ ਆ ਟਰੈਕਟਰ ਬਣਾ ਕੇ ਤੇ ਉਹਨਾਂ ਦਾ ਮੁਕਾਬਲਾ ਕਰਾਇਆ ਲੈ ਬਈ ਜਿਹੜਾ ਅਰਜਣ ਆ ਅਰਜਣ ਖਿੱਚ ਕੇ ਲੈ ਚੱਲਿਆ ਦੂਜਾ ਟਰੈਕਟਰ ਯਾਰ ਮੈਨੂੰ ਪਤਾ ਨਹੀਂ ਕਿਹੜਾ ਪਰ ਜਿਹੜਾ ਅਰਜਣ ਆ ਉਹ ਮੇਰੇ ਹਿਸਾਬ ਨਾਲ 4x4 ਆ ਉਹ ਦੇਖੋ ਸਾਰੇ ਟਾਇਰਾਂ ਤੋਂ ਜ਼ੋਰ ਲਾਉਂਦਾ ਜਿਹੜਾ ਦੂਜਾ ਟਰੈਕਟਰ ਆ ਨੀਲੇ ਜਿਹੇ ਰੰਗ ਦਾ ਮੈਨੂੰ ਲੱਗਦਾ ਵੀ ਇਹ ਫੋਰਡ ਆ ਇਹ ਮਗਰਲੇ ਟਾਇਰਾਂ ਤੋਂ ਜ਼ੋਰ ਲਾਉਂਦਾ ਤੇ ਅਰਜਨ ਚਾਰਾਂ ਤੋਂ ਲਾਉਂਦਾ ਆ ਦੇਖੋ ਡੰਡੇ ਪਾਏ ਹੋਏ ਆ ਡੰਡੇ ਪਾਇਆ ਉੱਚੇ ਪਾਇਆ ਕਰਕੇ ਜਿਆਦਾ ਉਹ ਟਰੈਕਟਰ ਦਾ ਨੀਲੇ ਦਾ ਡੰਡਾ ਉੱਚਾ ਪਾਇਆ ਕਰਕੇ ਉਹ ਜਿਆਦਾ ਖੜਾ ਹੁੰਦਾ ਅਰਜਨ ਦਾ ਡੰਡਾ ਨੀਵਾ ਪਾਇਆ ਕਰਕੇ ਉਹ ਘੱਟ ਖੜਾ ਹੁੰਦਾ ਪਰ ਸਵਾਦ ਪੂਰਾ ਲੈ ਵੀ ਹੁਣ ਉਹ ਲੈ ਕੇ ਲੈ ਚੱਲਿਆ ਧੂਕੇ ਵੇਖੋ ਬਈ ਮੁਕਾਬਲਾ ਐਂਡ ਤੱਕ ਕੌਣ ਜੈਦਾ ਤੇ ਕੌਣ ਹਾਰਦਾ